ਇਸ ਵੇਲੇ ਦੁਨੀਆ ਭਰ ਵਿੱਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦੇ ਨੇੜੇ ਪਹੁੰਚ ਗਈ ਹੈ। ਉਸੇ ਵੇਲੇ ਕਰੀਬ 16 ਲੱਖ ਵਿਅਕਤੀ ਕੋਰੋਨਾ ਨੂੰ maat ਦੇ ਕੇ ਫੇਰ ਸਿਹਤਮੰਦ ਹੋ ਗਏ ਨੇ। ਇਨ੍ਹਾਂ ਸਿਹਤਮੰਦ ਹੋਣ ਵਾਲਿਆਂ ਵਿੱਚ ਕੈਟਲੋਨੀਆ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ 113 ਸਾਲ ਦੀ ਉਮਰ ਵਿੱਚ ਕੋਰੋਨਾ ਨੂੰ ਹਰਾ ਕੇ ਸੇਤਜਾਬ ਹੋ ਗਈ ਹੈ। 113 ਸਾਲ ਦੀ ਬੇਬੇ ਮਾਰੀਆ ਬ੍ਰਾਇਨਸ ਉੱਤਰੀ ਕੈਟਲੋਨੀਆ ਦੇ ਉਲੋਤ ਇਲਾਕੇ ਦੇ ਇੱਕ ਰਿਟਾਇਰਮੈਂਟ ਹੋਮ ਵਿੱਚ ਪਿਛਲੇ 20 ਸਾਲਾਂ ਤੋਂ ਰਹਿੰਦੀ ਹੈ। ਖਬਰਾਂ ਮੁਤਾਬਕ 1 April ਤੱਕ ਉਸੇ ਰਿਟਾਇਰਮੈਂਟ ਹੋਮ ਵਿੱਚ ਰਹਿਣ ਵਾਲੇ ਵੱਡੀ ਉਮਰ ਦੇ 17 ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ April ਦੇ ਦੂਜੇ ਹਫ਼ਤੇ ਤੋਂ ਬਾਅਦ ਬੇਬੇ ਮਰੀਆ ਬ੍ਰਾਇਨਸ ਕੋਰੋਨਾ ਪੋਜ਼ਿਟਿਵ ਨਿਕਲੀ 4 March ਨੂੰ ਉਸਨੇ ਆਪਣਾ 113ਵਾਂ ਜਨਮ ਦਿਨ ਮਨਾਇਆ ਸੀ ਤੇ ਉਸ ਵੇਲੇ ਉਹ ਇਲਾਕੇ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੋਣ ਕਰਕੇ ਪੂਰੇ ਮੀਡੀਆ ਵਿੱਚ ਛਾਈ ਹੋਈ ਸੀ 1907 ਵਿੱਚ ਜਨਮੀ ਬੇਬੇ ਮਾਰੀਆ ਨੇ ਪਹਿਲੀ ਸੰਸਾਰ ਜੰਗ ਤੇ 1936 ਤੋਂ 1939 ਤੱਕ ਸਪੇਨ ਦੀ ਘਰੇਲੂ ਜੰਗ ਅੱਖੀ ਵੇਖੀ ਹੈ ਉਸ ਦਾ ਪੱਤਰਕਾਰ ਪਿਤਾ ਪਹਿਲੀ ਸੰਸਾਰ ਜੰਗ ਵੇਲੇ ਇੱਕ ਕਿਸ਼ਤੇ ਵਿੱਚ ਬਹਿ ਕੇ ਉੱਤਰੀ ਸਪੇਨ ਤੋਂ ਸਾਨ ਫ੍ਰੇਸਿਸ ਕੋ ਆ ਗਿਆ ਸੀ 1918-19 ਵਿੱਚ ਦੁਨੀਆ ਭਰ ਚ ਫੈਲੇ ਸਪੈਨਿਸ਼ ਫਲੂ ਦੀ ਵੀ ਬੇਬੇ ਗਵਾਹ ਹੈ ਡਾਕਟਰਾਂ ਨੇ ਦੱਸਿਆ ਕਿ ਬੇਬੇ ਮਾਰੀਆ ਵਿੱਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਸਨ ਤੇ ਕਰੀਬ 1 ਮਹੀਨਾ ਆਪਣੇ ਕਮਰੇ ਵਿੱਚ ਇਕਾਂਤਵਾਸ ਵਿੱਚ ਰਹਿ ਕੇ ਉਸ ਦਾ ਇਲਾਜ ਕੀਤਾ ਗਿਆ। ਉਸ ਦੀ ਤਾਜ਼ਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਤੰਦਰੁਸਤ ਐਲਾਨ ਦਿੱਤਾ ਗਿਆ। ਉਸ ਦੀ ਧੀ ਰੋਜ਼ਾ ਮਾਰੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਉਸ ਨੂੰ ਆਪਣੀ ਮਾਂ ਦੀ ਬਹੁਤ ਫਿਕਰ ਸੀ। ਉਸ ਨੂੰ ਮਿਲ ਨਹੀਂ ਸੀ ਸਕਦੀ ਪਰ ਉਹ ਰੋਜ਼ ਉਸ ਨਾਲ ਗੱਲ ਕਰਦੀ ਸੀ। ਰੋਜ਼ਾ ਨੇ ਕਿਹਾ ਕਿ ਉਸ ਦੀ ਮਾਂ ਪਹਿਲਾ ਵਾਂਗ ਹੀ ਗੱਲਾਂ ਕਰਨ ਲੱਗੀ ਹੈ ਤੇ ਬਿਲਕੁਲ ਪਹਿਲਾ ਵਾਂਗ ਚੰਗੀ ਭਲੀ ਹੋ ਗਈ ਹੈ। ਦੱਸਦੇ ਹਾਂ ਕਿ ਕੈਟਲੋਨੀਆ ਸਪੇਨ ਦੇ ਉੱਤਰ-ਪੂਰਬੀ ਖੂੰਜੇ ਵਿੱਚ ਸਮੁੰਦਰ ਕੰਡੇ ਰਹਿਣ ਦੀ ਇੱਕ ਖੁਦਮੁਖਤਿਆਰ ਕੌਮ ਹੈ ਜਿਸ ਨੂੰ ਸਪੇਨ ਦੀ ਘਰੇਲੂ ਜੰਗ ਤੋਂ ਬਾਅਦ ਸਪੇਨ ਤੋਂ ਅੱਡ ਕਰ ਦਿੱਤਾ ਗਿਆ ਸੀ ਸਪੇਨ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ 27000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਦੀਆਂ ਦਿਲਚਸਪ ਜਾਣਕਾਰੀਆਂ ਲੈ ਕੇ ਅਸੀਂ ਫੇਰ ਆਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਜ਼ੋਰਦਾਰ ਟਾਈਮਜ਼ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ